ਬਹੁ ਚਰਚਿਤ ਪਰਿਵਾਰ ਖੁਦਕੁਸ਼ੀ ਮਾਮਲੇ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵੱਲੋਂ ਸਾਬਕਾ DIG ਕੁਲਤਾਰ ਸਿੰਘ ਨੂੰ 8 ਸਾਲ ਜਦਕਿ DSP ਹਰਦੇਵ ਸਿੰਘ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਵੱਲੋਂ ਤੁਰੰਤ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇੱਥੇ ਦੱਸ ਦਈਏ ਕਿ 2004 ਵਿੱਚ ਇੱਕ ਹੀ ਪਰਿਵਾਰ ਦੇ 5 ਜੀਆਂ ਵੱਲੋਂ ਸਮੂਹਿਕ ਖੁਦਕੁਸ਼ੀ ਕਰ ਲਈ ਗਈ ਸੀ। ਪਰਿਵਾਰ ਨੇ ਕੰਧਾਂ 'ਤੇ ਸੁਸਾਈਡ ਲਿਖ ਕੇ ਉਕਤ ਪੁਲਿਸ ਅਧਿਕਾਰੀਆਂ ਕੁਲਤਾਰ ਸਿੰਘ ਜੋ ਕਿ ਉਸ ਸਮੇਂ SSP ਸਨ ਅਤੇ DSP ਹਰਦੇਵ ਸਿੰਘ ਜੋ ਕਿ ਉਸ ਸਮੇਂ ਇੰਸਪੈਕਟਰ ਸਨ ਨੂੰ ਦੋਸ਼ੀ ਠਹਿਰਾਇਆ ਸੀ। ਇਸ ਮੌਕੇ ਵਕੀਲ ਪਰਮਿੰਦਰ ਸਿੰਘ ਸੇਠੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਸਜ਼ਾ ਤੋਂ ਖੁਸ਼ ਨਹੀਂ ਹੈ। ਉਹਨਾਂ ਕਿਹਾ ਕਿ ਪੁਲਿਸ ਵਾਲਿਆਂ ਵੱਲੋਂ ਇਸ ਤਰ੍ਹਾਂ ਸ਼ਰਿਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਅਤੇ ਇਸ ਲਈ ਸਿਰਫ 8 ਤੇ 4 ਸਾਲ ਦੀ ਸਜ਼ਾ ਕਾਫ਼ੀ ਘੱਟ ਹੈ। ਸਾਲ 2004 ਵਿੱਚ ਹੋਏ ਝਗੜੇ ਵਿੱਚ ਹਰਦੀਪ ਹੱਥੋਂ ਪਿਤਾ ਦੀ ਹੱਤਿਆ ਹੋ ਗਈ ਸੀ। ਲਾਸ਼ ਟਿਕਾਣੇ ਲਾਉਂਦਿਆਂ ਤਾਈ ਮਹਿੰਦਰ ਸਿੰਘ ਦੀ ਨੂੰਹ ਸਬਰੀਨ ਕੌਰ ਨੇ ਉਸ ਨੂੰ ਦੇਖ ਲਿਆ। ਇਸ ਤੋਂ ਬਾਅਦ ਮਹਿੰਦਰ ਸਿੰਘ, ਸਬਰੀਨ ਕੌਰ, ਪਰਮਿੰਦਰ ਕੌਰ ਅਤੇ ਉਸਦੇ ਪਿਤਾ ਪਲਵਿੰਦਰਪਾਲ ਸਿੰਘ ਨੇ ਪੁਲਿਸ ਤੋਂ ਫੜਵਾਉਣ ਦੀਆਂ ਧਮਕੀਆਂ ਦੇ ਕੇ ਹਰਦੀਪ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ। ਦੋਸ਼ੀਆਂ ਨੇ ਧਮਕਾ ਕੇ ਹਰਦੀਪ ਤੋਂ 7 ਲੱਖ ਰੁਪਏ ਲੈ ਲਏ ਸੀ। ਇਹਨਾਂ ਦੇ ਚੁੰਗਲ ਤੋਂ ਛੁਟਕਾਰਾ ਪਾਉਣ ਲਈ ਹਰਦੀਪ ਦੇ ਇੱਕ ਦੋਸਤ ਨੇ ਉਸਦੀ ਮੁਲਾਕਾਤ ਤਤਕਾਲੀ SSP ਕੁਲਤਾਰ ਸਿੰਘ ਨਾਲ ਕਰਵਾਈ। ਕੁਲਤਾਰ ਸਿੰਘ ਨੇ ਹਰਦੀਪ ਦੇ ਖਿਲਾਫ਼ ਕੇਸ ਦਰਜ ਕਰਨ ਲਈ 5 ਲੱਖ ਰੁਪਏ ਲਏ। ਬਾਅਦ ਵਿੱਚ 7 ਲੱਖ ਰੁਪਏ ਦੀ ਹੋਰ ਮੰਗ ਕਰਨ ਲੱਗਾ। ਦੋਸ਼ ਹੈ ਕਿ ਕੁਲਤਾਰ ਨੇ ਹਰਦੀਪ ਦੀ ਪਤਨੀ ਨਾਲ ਆਪਣੇ ਦਫ਼ਤਰ ਵਿੱਚ ਜਬਰ ਜਨਾਹ ਕੀਤਾ ਸੀ। ਉਹ ਹਰਦੀਪ ਨੂੰ ਬਲੈਕਮੇਲ ਕਰਦੇ ਹੋਏ ਉਸਦੀ ਪਤਨੀ ਨੂੰ ਚੰਡੀਗੜ੍ਹ ਦੇ ਇੱਕ ਗੈਸਟ ਹਾਊਸ ਵਿੱਚ ਵੀ ਲੈ ਕੇ ਗਿਆ ਸੀ। 6 ਦੋਸ਼ੀ ਸੀਗੇ, 6 ਨੂੰ ਕਨਵਿਕਸ਼ਨ ਹੋ ਗਈ ਆ ਅੱਜ। ਇਹਦੇ ਵਿੱਚ ਸਰਦਾਰ ਕੁਲਤਾਰ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਧਾਰਾ 306 ਥੱਲੇ 8 ਸਾਲ ਹੋਈ ਹੈ ਔਰ 388 ਥੱਲੇ 7 ਸਾਲ ਸਜ਼ਾ ਹੋਈ ਹੈ ਔਰ ਉਹਨਾਂ ਨੂੰ ਮੈਕਸੀਮਮ ਸਜ਼ਾ ਜਿਹੜੀ ਹੈ ਕੁਲਤਾਰ ਸਿੰਘ ਜੀ ਨੂੰ 8 ਸਾਲ ਹੋਈ ਹੈ, ਯਾਨੀ ਉਹਦੀ ਸਾਰੀ ਸਜ਼ਾਵਾਂ ਕੱਟੀਆਂ ਚੱਲ ਰਹੀਆਂ, ਇਸ ਕਾਰਨ ਉਹਨਾਂ ਨੂੰ 8 ਸਾਲ ਦੀ ਤੁਸੀਂ ਸਜ਼ਾ ਲੈ ਕੇ ਚੱਲੋ। ਇਸ ਤੋਂ ਇਲਾਵਾ ਫਾਈਨ ਹੋਇਆ, ਅਗਰ ਉਹ ਫਾਈਨ ਪੇ ਨਹੀਂ ਕਰਨਗੇ ਤਾਂ 1 ਸਾਲ ਉਹਨਾਂ ਨੂੰ ਹੋਰ ਐਕਸਟਰਾ ਫਿਰ 9 ਸਾਲ 'ਚ ਕਨਵਰਟ ਹੋ ਜਾਏਗੀ। ਇਸੇ ਤਰ੍ਹਾਂ ਜਿਹੜੇ ਦੂਸਰੇ ਦੋਸ਼ੀ ਹੈ ਉਹਨਾਂ ਦੀ ਮੈਕਸੀਮਮ ਸਜ਼ਾ 8 ਸਾਲ ਹੀ ਹੈ, ਅਗਰ ਉਹ ਨਹੀਂ ਪੇ ਕਰਨਗੇ ਤਾਂ ਉਹਨਾਂ ਨੂੰ ਵੀ 1 ਸਾਲ ਐਕਸਟਰਾ ਅੰਦਰ ਰਹਿਣਾ ਪਊਗਾ। ਇਸ ਤੋਂ ਇਲਾਵਾ ਜਿਹੜੇ ਹਰਦੇਵ ਸਿੰਘ ਸੀਗੇ, ਜਿਹੜੇ IO ਸੀਗੇ, ਉਹਨਾਂ ਨੂੰ ਉਹਨਾਂ ਦੇ ਉੱਤੇ ਮੈਕਸੀਮਮ 4 ਸਾਲ ਦੀ ਕਨਵਿਕਸ਼ਨ ਹੈ ਜੀ ਹਰਦੇਵ ਸਿੰਘ ਜੀ ਦੀ। ਬਾਕੀ ਸਾਰਿਆਂ ਨੂੰ ਕਨਵਿਕਸ਼ਨ ਮੰਗ ਸਰ ਸਾਰੇ ਸੈਕਸ਼ਨ ਦੇ ਵਿੱਚ ਅਲੱਗ ਅਲੱਗ, ਅਸੀਂ ਤਾਂ ਕਿਹਾ ਸੀ ਸੈਪਰੇਟ ਮਿਲਣੀ ਚਾਹੀਦੀ ਹੈ ਇਹਨਾਂ ਦੀ ਜਿਹੜਾ ਕ੍ਰਾਈਮ ਇਹਨਾਂ ਨੇ ਕੀਤਾ, ਜਿਹੜਾ ਹੀਨੀਅਸ ਟਾਈਪ ਆਫ ਕ੍ਰਾਈਮ ਕੀਤਾ, ਉਹਦੇ ਵਿੱਚ ਸਜ਼ਾ ਜਿਹੜੀ ਸੈਪਰੇਟ ਮਿਲਣੀ ਚਾਹੀਦੀ ਸੀ। ਅਗਰ ਇੱਕ ਅਫੈਂਸ ਜੇ 10-10 ਸਾਲ ਹੈ ਤਾਂ ਇਹਨਾਂ ਦੇ ਉਹ 10-10 ਸਾਲ ਹੀ ਕਰਕੇ ਹੀ ਸਾਰਿਆਂ ਨੂੰ ਅਲੱਗ ਅਲੱਗ ਕਨਵਿਕਸ਼ਨ ਨਹੀਂ, ਕੋਰਟ ਨੇ ਕੌਨਕਰੈਂਟ ਕਰਤੀ, ਯਾਨੀ ਕਿ ਸਾਰੀ ਸਜ਼ਾਵਾਂ ਇਕੱਠੀਆਂ ਚੱਲਣਗੀਆਂ ਇਹ ਸਰ। ਹਾਂ ਸਰ ਜੀ, ਤਵੇਰਕਾ ਜੀ ਇਸ ਕੇਸ ਦੇ ਐਡਵੋਕੇਟ ਨੇ, ਉਹ ਅਪੀਲ ਜ਼ਰੂਰ ਕਰਨਗੇ ਜੀ। ਉਹ ਕਦੀ ਸਿਸਟਮ ਨਾਲ ਕਦੀ ਥੱਕ ਟੁੱਟ ਕੇ ਉਹ ਬੈਠੇ ਨਹੀਂ ਹੈ ਕਦੀ ਘਰ, ਉਹਨੇ ਬੜੀ ਲੰਬੀ ਲੜਾਈ ਲੜੀ ਹੈ, 16 ਸਾਲਾਂ ਦੀ ਲੜਾਈ ਤੋਂ ਬਾਅਦ ਉਹਨਾਂ ਨੂੰ ਕਾਮਯਾਬੀ ਮਿਲੀ ਔਰ ਇਸ ਕੇਸ ਦੇ ਤੁਹਾਨੂੰ ਸਾਰਿਆਂ ਨੂੰ ਫੈਕਟਸ ਪਤਾ ਕਿਸ ਤਰ੍ਹਾਂ ਇਸ ਕੇਸ ਦੇ ਫਾਈਲਾਂ ਗੁੰਮ ਹੋਈਆਂ, ਸਭ ਕੁਝ ਹੋਇਆ ਔਰ ਅਖੀਰ 'ਤੇ ਸਰਬਜੀਤ ਵੇਰਕੇ ਦੀ ਜਿੱਤ ਹੋਈ, ਐਡਵੋਕੇਟ ਸਰਬਜੀਤ ਵੇਰਕੇ। ਸਰ ਸਾਡੇ ਹਿਸਾਬ ਨਾਲ ਉਮਰ ਕੈਦ ਹੀ ਹੋਣੀ ਚਾਹੀਦੀ ਸੀ ਸਾਰਿਆਂ ਨੂੰ ਸਰ। ਕਿੰਨੇ ਦੋਸ਼ੀ ਹੈਗੇ ਇਸ ਕੇਸ ਦੇ? 6 ਦੋਸ਼ੀ ਹੈ ਸਰ। ਨੈਚੁਰਲੀ ਅਸੀਂ ਤਾਂ ਇਹੀ ਕਹਿੰਦੇ ਹਾਂ ਜਸਟਿਸ ਡਿਲੇ, ਜਸਟਿਸ ਡਿਨਾਈਲ ਵਾਲਾ ਹਿਸਾਬ ਹੋ ਗਿਆ, ਮਗਰ ਫਿਰ ਵੀ ਐਸੀ ਪਾਵਰਸ ਦੇ ਖਿਲਾਫ਼ ਅਗਰ ਕੋਈ ਖੜਾ ਹੁੰਦਾ, ਅਗਰ ਲੜਦਾ ਹੈ, ਸਿਸਟਮ ਦੇ ਖਿਲਾਫ਼ ਲੜਦਾ, ਤਾਂ ਪਲੀਜ਼ ਪ੍ਰੈਸ ਨੂੰ ਕਿਹਾ ਕਿ ਸਰਬਜੀਤ ਜਿਹੜਾ ਵੇਰਕਾ ਹੈ ਉਹਨੂੰ ਉਹ ਇਸ ਕੇਸ ਨੂੰ ਜਿੱਤਦਾ, ਉਹੀ ਹੱਕਦਾਰ ਹੈ ਜੀ, ਅਦਰਵਾਈਜ਼ ਸਿਸਟਮ ਦੇ ਖਿਲਾਫ਼ ਕੋਈ ਨਹੀਂ ਲੜ ਸਕਦਾ। ਹਾਂਜੀ ਸਰ, ਹਰਦੀਪ ਸਿੰਘ ਪਹਿਲੇ ਸੀਗੇ ਪੁਲਿਸ ਔਫਿਸਰ ਜਿਹੜੇ ਇੰਸਪੈਕਟਰ ਸੀਗੇ, ਸਬਰੀਨ ਕੌਰ ਜੀ ਫੈਮਿਲੀ ਦੇ ਮੈਂਬਰ ਹੈ, ਕੁਲਤਾਰ ਸਿੰਘ ਹੈ, ਪਲਵਿੰਦਰ ਕੌਰ ਹੈ, ਪਲਵਿੰਦਰ ਸਿੰਘ ਹੈ, ਮੋਹਿੰਦਰ ਸਿੰਘ ਹੈ ਸਰ, ਇਹ 6 ਜਣੇ ਅਕਿਊਜ਼ ਸੀਗੇ। ਥੈਂਕ ਯੂ ਵੈਰੀ ਮਚ, ਥੈਂਕ ਯੂ। ਆਵਾਜ਼ੀ ਕੰਮ TV ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।